ਪੰਜਾਬ ਪੁਲਿਸ ਵੱਲੋਂ ਅੱਜ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਪਰੇਸ਼ਨ ਕਾਸੋ ਤਹਿਤ 40 ਟੀਮਾਂ ਅਤੇ 250 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਵੱਖ-ਵੱਖ ਥਾਵਾਂ ਤੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਚੈਕਿੰਗ ਕੀਤੀ। ਪੁਲਿਸ ਦੇ ਹੱਥਾਂ ਵਿੱਚ ਇੱਕ ਸੂਚੀ ਵੀ ਦੇਖੀ ਗਈ। SPD ਰਣਧੀਰ ਕੁਮਾਰ ਨੇ ਦੱਸਿਆ ਕਿ 24 ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ ਕਰੀਬ 250 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਵੱਖ-ਵੱਖ ਥਾਵਾਂ ਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਇਹ ਪੁੱਛੇ ਜਾਣ ਤੇ ਕਿ ਕਿਹੜੇ-ਕਿਹੜੇ ਘਰਾਂ ਦੀ ਚੈਕਿੰਗ ਕੀਤੀ ਗਈ ਤਾਂ SBDC ਨੇ ਕਿਹਾ ਕਿ ਉਹ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਬਾਕੀ ਦੀ ਜਾਣਕਾਰੀ ਸ਼ਾਮ ਨੂੰ ਦਿੱਤੀ ਜਾਵੇਗੀ। ਬਿਊਰੋ ਰਿਪੋਰਟ, ਜਨ ਕਲਿਆਣ TV। ਜੋ SSP ਫਿਰੋਜ਼ਪੁਰ ਕਮਲਦੀਪ ਕੌਰ ਮੈਮ ਵੱਲੋਂ ਸਖ਼ਤ ਨਿਰਦੇਸ਼ ਸੀਗੇ ਕਿ ਜਿਹੜੇ ਮਾਰੇ ਤੱਤਵ ਨੇ ਅਰਾਊਂਡ 120 ਸਸਪੈਕਟਸ, ਉਨਕੇ ਘਰ ਅੱਜ ਕੋਆਰਡੀਨੇਟਡ ਤਰੀਕੇ ਨਾਲ 40 ਟੀਮਾਂ ਬਣਾ ਕੇ ਰੇਡ ਕੀਤਾ ਜਾ ਰਿਹਾ। ਤਾਂ ਕੀ ਚੈਕਿੰਗ ਕੀਤੀ ਜਾ ਰਹੀ ਹੈਗੀ, ਕੋਈ ਇਨਪੁਟਸ ਹੈਗੇ ਆ ਖਾਸ ਜਾਂ ਕੀ ਹੈਗਾ ਕੀ ਹੈ ਸਰ? ਆਪਾਂ ਵੈਰੀਫਾਈ ਕਰ ਰਹੇ ਹਾਂ, ਜੇ ਕੋਈ ਇਨਵੋਲਵਮੈਂਟ ਨਜ਼ਰ ਆਉਂਦਾ ਆਪਾਂ ਰਾਊਂਡ ਅਪ ਕਰਾਂਗੇ। ਇਹ ਸਰ ਇਹਦੇ 'ਚ ਗੈਂਗਸਟਰ, ਨਸ਼ਾ ਤਸਕਰ ਜਾਂ ਹੋਰ ਜਿਹੜੇ ਸ਼ੱਕੀ ਹੈਗੇ ਨੇ ਉਹਨਾਂ ਦੀ ਕੀਤੀ ਜਾ ਰਹੀ ਹੈ? ਮੈਂ ਇਹ ਕਹਾਂਗਾ ਕਿ ਸਸਪੈਕਟਸ ਨੇ, ਆਪਾਂ ਸੀਕ੍ਰੇਟ ਹੈ, ਮੈਂ ਇਹ ਨਹੀਂ ਦੱਸ ਸਕਦਾ। ਸਰ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਕੀਤੀ ਚੈਕਿੰਗ ਕੀਤੀ ਜਾ ਰਹੀ ਹੈ, ਪਟਿਆਲਾ ਹੋਰ ਬਠਿੰਡਾ ਫਿਰੋਜ਼ਪੁਰ, ਕੀ ਕੋਈ ਸਪੈਸ਼ਲ ਇਨਪੁਟ ਹੈ ਜਾਂ ਸਰਕਾਰ ਦਾ, ਕਿਉਂਕਿ ਮੇਨ ਮੋਟਿਵ ਹੈ ਕਿ ਗੈਂਗਸਟਰਵਾਦ ਨੂੰ ਖਤਮ ਕਰਨਾ, ਨਸ਼ਾ ਤਸਕਰ ਖਤਮ ਕਰਨੇ, ਕੀ ਕੋਈ ਅਲੱਗ ਮੁਹਿੰਮ ਚਲਾਈ ਗਈ ਹੈ ਜੀ? ਬਿਲਕੁਲ ਜੀ, ਮਾਨਯੋਗ DGP ਸਾਹਿਬ ਦੀ ਮੀਟਿੰਗ ਹੋਈ ਸੀ, ਸਾਹਿਬ ਨੇ ਇਹ ਕਿਹਾ ਸੀ ਕਿ ਪੰਜਾਬ ਤੋਂ ਇਹ ਜੇ ਨਸ਼ੇ ਦੀ ਜੀ ਪ੍ਰੋਬਲਮ ਹੈ, ਇਸ ਤੋਂ ਪੰਜਾਬ ਨੂੰ ਮੁਕਤ ਕਰਾਉਣਾ ਹੈ ਅਤੇ ਜਿਹੜਾ ਗੈਂਗਸਟਰਵਾਦ ਹੈ ਉਸ ਤੋਂ ਮੁਕਤ ਕਰਾਉਣਾ ਹੈ। ਬਟ ਮੈਂ ਫਿਰੋਜ਼ਪੁਰ ਦਾ ਦੱਸ ਸਕਦਾ, ਬਾਕੀ ਡਿਸਟ੍ਰਿਕਟ ਦਾ ਮੈਨੂੰ ਹੁਣ ਆਈਡੀਆ ਨਹੀਂ ਹੈ। ਕਿੰਨੇ ਮੁਲਾਜ਼ਮ ਹੈ ਸਰ ਟੋਟਲ ਅੱਜ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ? ਟੋਟਲ 40 ਟੀਮਾਂ ਹੈਗੀਆਂ, ਅਰਾਊਂਡ 250 ਮੁਲਾਜ਼ਮ ਦੀ ਕੋਆਰਡੀਨੇਟਡ ਤਰੀਕੇ ਨਾਲ ਰੇਟ ਚੱਲ ਰਹੀ ਹੈ। ਕੋਈ ਵੱਡੀ ਰਿਕਵਰੀ ਹਲੇ ਇਸ ਟਾਈਮ ਸਾਹਮਣੇ ਆਈ ਹੈ ਕੋਈ? ਆਪਾਂ ਸ਼ਾਮ ਵਿੱਚ ਇੱਕ ਵਾਰ ਕੰਪਾਈਲ ਕਰਕੇ ਆਪ ਨੂੰ ਦੱਸ ਦਿਆਂਗੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV।